ਜਿਨ੍ਹਾਂ ਨੇ ਆਪਾਂ ਨੂੰ ਬਹੁਤ ਹੀ ਚੰਗੇ ਸੁਝਾਅ ਦਿੱਤੇ ਆ, ਦੱਸਿਆ ਵੀ ਆਪਾਂ ਨੂੰ ਕਿਸ ਤਰੀਕੇ ਨਾਲ ਆਪਾਂ ਬਚਣਾ, ਕਿਸ ਤਰੀਕੇ ਨਾਲ ਬਚਣਾ ਇਸ ਬਿਮਾਰੀ ਤੋਂ। ਇਹ ਬਹੁਤ ਭਿਆਨਕ ਬਿਮਾਰੀ ਹੈ, ਇਹ ਆਪਣੀ ਖਾਤਰ ਦੇਖ ਲਓ ਦਿਨ ਭਰ ਰਾਤ ਇੱਕ ਕਰੀ ਫਿਰਦੇ ਆ ਵੀ ਆਪਾਂ ਨੂੰ ਆਪਣੀ ਬੱਚਤ ਦੀ ਖਾਤਰ, ਆਪਾਂ ਨੂੰ ਜੇ ਘੂਰਦੇ ਵੀ ਇਹ ਤਾਂ ਆਪਣੀ ਖਾਤਰ, ਆਪਣੇ ਪਰਿਵਾਰਾਂ ਦੀ ਖਾਤਰ ਆਪਾਂ ਨੂੰ ਇਹ ਘੂਰਦੇ ਆ। ਇਹ ਆਪਾਂ ਨੂੰ ਆਪਣਾ ਆਪਦਾ ਫਰਜ਼ ਸਮਝ ਕੇ ਆਪਾਂ ਨੂੰ ਇਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਸਾਰੇ ਜਿੰਨੇ ਆਪਾਂ ਇੱਥੇ ਇਕੱਠੇ ਹੋਏ ਹਾਂ, ਆਪਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ 500 ਪਰਿਵਾਰਾਂ ਨੂੰ ਅੱਜ ਆਪਾਂ ਰਾਸ਼ਨ ਵੰਡਣਾ, ਬਿਨਾਂ ਭੇਦਭਾਵ ਤੋਂ, ਬਿਨਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡੇ ਵਰਕਰਾਂ ਨੇ ਜੀ ਇਹ ਇਕੱਠਾ ਕੀਤਾ ਸਾਰਿਆਂ ਨੇ, ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਬਾਬੇ ਗੁਰੂ ਨਾਨਕ ਦੀ, ਅਸੀਂ 500 ਪਰਿਵਾਰਾਂ ਨੂੰ ਅੱਜ ਇਹ ਰਾਸ਼ਨ ਵੰਡਾਂਗੇ ਜੀ। ਇਹਨਾਂ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਵੀ ਚਲਾ ਦਿਓ ਕੰਮ, ਜਾਵੜੋ ਵੀ ਅੱਡੋ ਅੱਡ, ਤੁਸੀਂ ਉੱਧਰ ਤਲਵੰਡੀ ਵਾਲੇ ਰੋਡ 'ਤੇ ਜਾਣਾ ਛਿੰਦੇ, ਠੀਕ ਹੈ ਜੀ। ਆਹ ਨਿਰਮਲਾ ਤੁਸੀਂ ਬੋਰੀਆਂ ਬੇੜੇ ਜਾਂਦੇ ਹੋ ਉੱਧਰ, ਤੇ ਇੱਧਰ ਆਹ ਬੇੜ ਇੱਧਰਲੇ ਮਾਜ਼ਬੀ ਸਿੱਖਾਂ ਦੇ, ਤੇ ਰਾਜੇ ਚੜ੍ਹੇ ਚੜ੍ਹ। ਅਤੇ ਬਾਕੀ ਤੁਸੀਂ ਭਲੀ ਭਾਂਤ ਜਾਣਦੇ ਹੋ ਵੀ ਇਹ ਸਰਕਾਰਾਂ ਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਇਹ ਤਾਂ ਹੀ ਇਹ ਕਰਫਿਊ ਲਾਇਆ ਜਾਂ ਜੇ ਲੋਕਡਾਊਨ ਤਾਂ ਹੀ ਕੀਤਾ। ਇਹਦੇ ਵਿੱਚ ਹਾਲਾਤ ਸਰਕਾਰ ਨੂੰ ਦਿਖ ਰਹੇ ਆ ਵੀ ਮਾੜੇ ਹਾਲਾਤ ਆਉਣ ਲੱਗੇ ਆ। ਇਹ ਪਰਮਾਤਮਾ ਜਿਹਨਾਂ ਨੂੰ ਹੋ ਵੀ ਗਿਆ ਉਹ ਛੇਤੀ ਸਿਹਤ ਜਾਬ ਹੋ ਜਾਣ, ਅਤੇ ਨਹੀਂ ਤਾਂ ਇਹਦਾ ਜਿਹੜਾ ਬਿਮਾਰੀ ਆ ਇਹਦੇ ਬੜੇ ਭਿਆਨਕ ਸਿੱਟੇ ਨਿਕਲਦੇ ਆ। ਜਿਹੜੇ ਸਾਡੇ ਅਫਸਰ ਆ ਉਹਨਾਂ ਨੇ ਸਾਨੂੰ ਤਿੰਨ ਗੱਲਾਂ ਹੀ ਦੱਸੀਆਂ, ਤਿੰਨ ਗੱਲਾਂ ਕੀਤੀਆਂ ਜਾਣ। ਨੰਬਰ ਇੱਕ ਤਾਂ ਦੇਖੋ ਬਿਨਾਂ ਵਜ੍ਹਾ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਕਿਉਂਕਿ ਬਿਮਾਰੀ ਬਹੁਤ ਭਿਆਨਕ ਤਰੀਕੇ ਨਾਲ ਇੱਕ ਦੂਜੇ ਦੀ ਸ਼ੋਹ ਤੋਂ ਫੈਲਦੀ ਆ, ਮੂੰਹ ਦੇ ਥੁੱਕ ਤੋਂ, ਸ਼ੋਹ ਤੋਂ। ਕਿਉਂਕਿ ਜੇ ਆਪਾਂ ਥੋੜ੍ਹੇ ਜਿਹੇ ਚਿਰ ਦੇ ਲਈ ਉਹ ਕੰਮ ਦੀ ਲੰਘਣਾ ਕਰਾਂਗੇ ਤਾਂ ਫਿਰ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਅਤੇ ਅਖੀਰ ਦੇ ਵਿੱਚ ਸਾਰਾ ਪਰਿਵਾਰਕ ਨੂੰ ਇਕੱਲੇ ਇਕੱਲੇ ਨੂੰ ਉਹ ਰੱਖਦੇ ਆ ਦੂਰ ਨੇੜੇ, ਅਤੇ ਫਿਰ ਉਹ ਰੱਖਦੇ ਆ ਅਤੇ ਫਿਰ ਮਤਲਬ ਕਿਸੇ ਨੂੰ ਮਿਲਣ ਨਹੀਂ ਦਿੰਦੇ। ਹਾਲਾਤ ਇਹੋ ਜਿਹੇ ਬਣ ਜਾਂਦਾ ਜੇ ਖੁਦਾ ਨਾ ਖਾਸਤਾ ਕੋਈ ਇਹਦੀ ਭੇਟ ਚੜ੍ਹ ਜਾਵੇ ਅਤੇ ਫਿਰ ਸੰਸਕਾਰ 'ਤੇ ਵੀ ਲੋਕ ਡਰਦੇ ਆ ਅਤੇ ਆਪਦੇ ਬੰਦੇ ਵੀ ਫੁੱਲ ਚੁਗਣ ਤੋਂ ਆਨਾ ਕਰਨੀ ਕਰਦੇ ਆ। ਇਸ ਕਰਕੇ ਮੇਰੀ ਬੇਨਤੀ ਇਹ ਆ ਵੀ ਇਹ 'ਤੇ ਆਪਾਂ ਸਖਤੀ ਨਾਲ ਪਹਿਰਾ ਦੇਈਏ। ਦੂਜਾ ਜਿਹੜਾ ਫਾਸਲਾ ਰੱਖੀਏ 8 ਫੁੱਟ ਦਾ ਫਾਸਲਾ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਇਹਦਾ ਆਪਾਂ ਇੱਕ ਹੀ ਆ ਫਾਸਲਾ ਰੱਖੀਏ। ਅਤੇ ਜੇ ਕੋਈ ਕੰਮ ਕਾਰ ਵਾਲਾ ਮੇਰਾ ਵੀਰ ਭਰਾ ਕੋਈ ਹੈਗਾ ਸਾਡਾ ਬੱਚਾ ਉਹ ਅੱਧੇ ਅੱਧੇ ਘੰਟੇ ਬਾਅਦ ਮਾਸਕ ਤਾਂ ਜਿਹੜਾ ਮਾਸਕ ਲਾਉਣਾ ਮਾਸਕ ਤਾਂ ਹੁਣ ਜ਼ਰੂਰੀ ਕਰਤਾ, ਮਾਸਕ ਸਰਕਾਰ ਨੇ ਜ਼ਰੂਰੀ ਕਰਤਾ, ਜਿਹੜਾ ਬਾਹਰ ਨਿਕਲੂਗਾ ਉਹ ਲਾ ਕੇ ਜਾਓ। ਜੇ ਹੁਣ ਜੇ ਪੁਲਿਸ ਨੇ ਅਸੀਂ ਘੇਰਨਾ ਹੋਵੇ ਤੁਹਾਨੂੰ ਇਸ ਗੱਲ ਤੋਂ ਵੀ ਘੇਰ ਸਕਦੇ ਹਾਂ ਵੀ ਤੂੰ ਆਪਦਾ ਮੂੰਹ 'ਤੇ ਮਾਸਕ ਨਹੀਂ ਲਾਇਆ। ਜਿਹੜੇ ਕੰਮ ਕਾਰ ਵਾਲੇ ਬੰਦੇ ਆ ਮੂੰਹ ਸਿਰ 'ਤੇ ਦੁਪੱਟਾ ਬੰਨ੍ਹ ਕੇ ਰੱਖੋ ਅਤੇ ਮੂੰਹ 'ਤੇ ਮਾਸਕ ਜਾਂ ਇਹ ਜਾਂ ਢੱਕਿਆ ਹੋਵੇ ਮੂੰਹ ਪਰਨਾ ਬੰਨ੍ਹ ਲਓ ਅਤੇ ਸਾਬਣ ਦੇ ਨਾਲ ਅੱਧੇ ਪੌਣੇ ਘੰਟੇ ਬਾਅਦ ਚੰਗੀ ਤਰ੍ਹਾਂ ਹੱਥ ਪੈਰ ਸਾਫ਼ ਕਰੋ। ਜਦੋਂ ਘਰ ਦੇ ਵਿੱਚ ਵੀ ਜਾਣਾ ਬਾਹਰੋਂ ਅਤੇ ਉਹ ਵੀ ਚੰਗੀ ਤਰ੍ਹਾਂ ਸਫਾਈ ਕਰਕੇ ਫਿਰ ਘਰ ਦੇ ਵਿੱਚ ਐਂਟਰ ਹੋਵੋ। ਤੀਜੀ ਦੋ ਗੱਲਾਂ ਇਹ ਹੋ ਗਈਆਂ ਅਤੇ ਤੀਜੀ ਗੱਲ ਆ ਵੀ ਜਿਹੜੇ ਮੇਰਾ ਤੁਹਾਨੂੰ ਕੋਈ ਲੱਗਦਾ ਵੀ ਕਿਸੇ ਨੂੰ ਪਿੰਡ ਦੇ ਵਿੱਚ, ਕਿਉਂਕਿ ਹਰੇਕ ਬੰਦਾ ਕਹਿੰਦਾ ਵੀ ਮੈਂ ਠੀਕ ਹਾਂ ਮੈਨੂੰ ਕੁਛ ਨਹੀਂ ਹੋਇਆ, ਅਸਲ 'ਚ ਜਿਹੜੇ ਆਪਣੇ ਪੰਜਾਬੀ ਹਾਂ ਆਪਾਂ ਭਾਰਤੀ ਲੋਕ ਹਾਂ ਅਸਲ 'ਚ ਜਦੋਂ ਬਿਮਾਰੀ ਬਹੁਤ ਦੂਰ ਤੱਕ ਪਹੁੰਚ ਜਾਂਦੀ ਆ ਮੇਰਾ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਸ਼ਾਮਿਲ ਸਾਰੇ ਈਵਨ ਡਾਕਟਰ ਵੀ, ਉਦੋਂ ਤੱਕ ਆਪਾਂ ਕਹਿੰਦੇ ਨੇ ਨਹੀਂ ਨਹੀਂ ਕੁਛ ਨਹੀਂ ਹੋਇਆ ਕੁਛ ਨਹੀਂ, ਜਦੋਂ ਅਸਲ 'ਚ ਉਹ ਜਦੋਂ ਬਿਮਾਰੀ ਸਾਨੂੰ ਸੱਟ ਲੈਂਦੀ ਆ
ਉਦੋਂ ਹੀ ਅਸੀਂ ਡਾਕਟਰਾਂ ਵਾਲੇ ਪਾਸੇ ਭੱਜਦੇ ਹਾਂ, ਫਿਰ ਉਹਦਾ ਡਾਕਟਰਾਂ ਤੋਂ ਵੀ ਛੇਤੀ ਕੀਤੇ ਉਹ ਬਿਮਾਰੀ ਕਾਬੂ ਨਹੀਂ ਆਉਂਦੀ। ਜੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਪੇਸ਼ੈਂਟ, ਕੋਈ ਮਰੀਜ਼ ਜਿਹਨੂੰ ਖੰਘ ਜ਼ੁਕਾਮ ਜਾਂ ਛਿੱਕਾਂ ਆਉਂਦੀਆਂ ਹੋਣ ਬਿਮਾਰ ਤਿੰਨ ਚਾਰ ਦਿਨ, ਉਹਦੀ ਉਹਨੂੰ ਬਿਨਾਂ ਦੱਸੇ ਉਹਦੀ 104 ਨੰਬਰ 'ਤੇ ਪਿੰਡ ਦੀ ਭਲਾਈ ਕਰਕੇ ਉਹਦੇ ਪਰਿਵਾਰ ਦੀ ਭਲਾਈ ਕਰ ਕੇ ਸਾਨੂੰ ਦੱਸ ਦਿਓ, 104 ਨੰਬਰ 'ਤੇ ਕਾਲ ਕਰ ਦਿਓ, ਡਾਕਟਰਾਂ ਨੂੰ ਦੱਸ ਦਿਓ, ਜਿਹੜਾ ਵੀ ਕੋਈ ਸਰਕਾਰੀ ਮਹਿਕਮਾ ਜਿਹਨੂੰ ਤੁਹਾਡੀ ਕੋਈ ਜਾਣ ਪਛਾਣ ਆ ਉਹਨੂੰ ਦੱਸ ਦਿਓ ਤਾਂ ਕਿ ਉਹਦਾ ਇਲਾਜ ਹੋ ਸਕੇ। ਜੇ ਤਾਂ ਉਹਦਾ ਚੈੱਕਅਪ 'ਤੇ ਉਹ ਠੀਕ ਹੋਇਆ ਉਹਨੂੰ ਘਰ ਭੇਜ ਦੇਣਗੇ, ਜੇ ਨਹੀਂ ਤਾਂ ਫਿਰ ਉਹਦੀ ਦਵਾਈ ਦਾਰੂ ਚੱਲ ਪਊਗੀ। ਇਹ ਗੱਲ ਆ। ਅਤੇ ਹੁਣ ਜਿਹੜਾ ਵਾਢੀਆਂ ਦਾ ਮੌਸਮ ਵੀ ਆ ਗਿਆ, ਹੁਣ ਤੁਹਾਨੂੰ ਕੱਲ੍ਹ ਸਰਦਾਰ ਸਾਹਿਬ ਉੱਥੇ ਸੀਗੇ ਜਦੋਂ ਮੀਟਿੰਗ ਹੋਈ ਆ ਮੰਡੀ ਦੇ ਅਫਸਰ ਦੇ ਨਾਲ, ਉਹਦੀ ਵੀ ਆਪਾਂ ਕਾਇਦੇ ਕਾਨੂੰਨ ਦੀ ਪੂਰੀ ਪਾਲਣਾ ਕਰਨੀ ਆ। ਅਤੇ ਆਹ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਬੜੀ ਵਧਾਈ ਦਿੰਦਾ, ਇਹ ਬਹੁਤ ਵਧੀਆ ਅਤੇ ਵੱਡਾ ਉਪਰਾਲਾ। ਨਹੀਂ ਤਾਂ ਹੁਣ ਪਿੱਛੇ ਜੇ ਤੁਹਾਡੇ ਪਿੰਡ 'ਚ ਵੀ ਉਹ ਕੋਈ ਘਟਨਾ ਜੀ ਵਾਪਰਦੀ ਸੀ ਵੀ ਕੁਛ ਲੋਕ ਪਾਉਂਦੇ ਆ ਰੌਲਾ ਵੀ ਸਾਨੂੰ ਸਮਾਨ ਨਹੀਂ ਮਿਲਿਆ, ਆਹ ਨਹੀਂ ਹੋਇਆ, ਜਾਂ ਕੋਈ ਵੱਧ ਭਾਅ 'ਤੇ ਵੇਚੀ ਜਾਂਦੇ ਆ, ਉਹ ਵਾਰੀ ਮਾੜੀ ਗੱਲ ਆ। ਇਹ ਤੁਸੀਂ ਬਿਨਾਂ ਭੇਦਭਾਵ ਤੋਂ ਜਿਹੜਾ ਵੱਡਾ ਉਪਰਾਲਾ ਕੀਤਾ, ਤੁਸੀਂ ਸਾਰੇ ਬੰਦੇ ਜਿੰਨੇ ਤੁਸੀਂ ਇੱਥੇ ਇਕੱਠੇ ਹੋ ਤੁਸੀਂ ਵਧਾਈ ਦੇ ਪਾਤਰ ਹੋ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।